ਬਿਮਾਰੀ ਅਤੇ ਦੇਹ ਅਰੋਗਤਾ। ਭਜਨ ਸਿਮਰਨ ਕਰਨ ਵਾਸਤੇ ਸਰੀਰ ਦਾ ਤੇ ਦਿਮਾਗ ਦਾ ਤੰਦਰੁਸਤ ਹੋਣਾ ਹੋਰ ਸਭ ਗੱਲਾਂ ਨਾਲੋਂ ਬਹੁਤ ਜ਼ਿਆਦਾ ਜ਼ਰੂਰੀ ਹੈ। ਸਿਮਰਨ ਕਰਨ ਵਿੱਚ ਦਿਮਾਗ ਤੇ ਸਰੀਰ ਦੀ ਰਗ ਰਗ ਨੂੰ ਸਾਵਧਾਨ ਰੱਖਣਾ ਪੈਂਦਾ। ਇਸੇ ਲਈ ਅਰਦਾਸੇ ਵਿੱਚ ਗੁਰੂ ਕੇ ਸਿੱਖ ਵਾਹਿਗੁਰੂ ਪਾਸੋਂ ਰੋਜ਼ ਦੇਹ ਅਰੋਗਤਾ ਮੰਗਦੇ ਨੇ। ਇਸ ਲਈ ਅੱਜ ਦੀਆਂ ਇਹਨਾਂ ਵਿਚਾਰਾਂ ਵਿੱਚ ਅਸੀਂ ਮਨ ਤੇ ਸਰੀਰ ਨੂੰ ਅਰੋਗ ਰੱਖਣ ਸੰਬੰਧੀ ਕੁਝ ਖਿਆਲ ਦਰਜ ਕਰ ਰਹੇ ਹਾਂ, ਜਿਹੜੀਆਂ ਵਿਚਾਰਾਂ ਮੇਰੇ ਤਜਰਬੇ ਵਿੱਚ ਬੜੀਆਂ ਲਾਭਦਾਇਕ ਸਾਬਤ ਹੋਈਆਂ ਨੇ। ਇਨਸਾਨ ਨੂੰ ਬਿਮਾਰੀ ਨੇ ਜਿੰਨਾ ਦੁਖੀ ਕੀਤਾ ਹੋਇਆ ਉਨਾ ਸ਼ਾਇਦ ਹੀ ਕਿਸੇ ਹੋਰ ਤਕਲੀਫ ਨੇ ਦੁਖੀ ਕੀਤਾ ਹੋਵੇ, ਕਿਉਂਕਿ ਬਿਮਾਰੀ ਦਾ ਸਿੱਧਾ ਅਸਰ ਸਰੀਰ ਤੇ ਹੁੰਦਾ। ਇਸ ਲਈ ਇਨਸਾਨ ਬਿਮਾਰੀ ਤੋਂ ਬੜਾ ਭੈ ਭੀਤ ਰਹਿੰਦਾ। ਬਿਮਾਰੀ ਤੋਂ ਬਚਣ ਤੇ ਇਹਦਾ ਮੁਕਾਬਲਾ ਕਰਨ ਵਾਸਤੇ ਇਨਸਾਨ ਨੇ ਕੋਸ਼ਿਸ਼ ਬੜੀ ਕੀਤੀ ਹੈ। ਡਾਕਟਰਾਂ ਹਕੀਮਾਂ ਦਾ ਇੰਨੀ ਵੱਧ ਗਿਣਤੀ ਵਿੱਚ ਆਉਣਾ, ਹਜ਼ਾਰਾਂ ਦਵਾਈਆਂ ਨਜ਼ਰ ਆਉਣੀਆਂ, ਵੱਡੇ ਵੱਡੇ ਹਸਪਤਾਲ ਦਿਸਣੇ, ਇਹ ਬਹੁਤ ਸਾਰੇ ਸਬੂਤ ਨੇ ਕਿ ਇਨਸਾਨ ਬਿਮਾਰੀ ਤੋਂ ਬੜਾ ਡਰਦਾ ਤੇ ਇਹਦੇ ਤੋਂ ਛੁਟਕਾਰਾ ਪਾਉਣ ਦੇ ਬੜੇ ਬੜੇ ਯਤਨ ਸੋਚਦਾ ਰਹਿੰਦਾ। ਪਰ ਸੱਚ ਗੱਲ ਤੇ ਇਹ ਆ ਕਿ ਜਿਵੇਂ ਜਿਵੇਂ ਡਾਕਟਰਾਂ ਦਵਾਈਆਂ ਤੇ ਹਸਪਤਾਲਾਂ ਦੀ ਗਿਣਤੀ ਵੱਧ ਰਹੀ ਹੈ, ਉਵੇਂ ਉਵੇਂ ਬਿਮਾਰੀਆਂ ਸਗੋਂ ਹੋਰ ਨਵੀਆਂ ਨਵੀਆਂ ਸ਼ਕਲਾਂ ਵਿੱਚ ਪੈਦਾ ਹੋ ਰਹੀਆਂ ਨੇ। ਅੱਜ ਇਹੋ ਜਿਹੀਆਂ ਕਈ ਪੇਚੀਦਾ ਬਿਮਾਰੀਆਂ ਪੈਦਾ ਹੋ ਗਈਆਂ ਨੇ ਜਿਨ੍ਹਾਂ ਦਾ ਸਾਡੇ ਬਜ਼ੁਰਗਾਂ ਨੂੰ ਪਤਾ ਵੀ ਨਹੀਂ ਸੀ। ਪੂਰਨ ਸਿਹਤ ਵਾਲੇ ਇਨਸਾਨ ਤੇ ਬਹੁਤ ਵਿਰਲੇ ਨਜ਼ਰ ਆਉਂਦੇ ਨੇ। ਡਾਕਟਰ ਜੇਮਸ ਜੌਨ, ਜੋ ਕਿ ਇੰਗਲੈਂਡ ਦੇ ਬਾਦਸ਼ਾਹ ਵਿਲੀਅਮ ਫੋਰਥ ਦਾ ਸਰਜਨ ਤੇ ਡਾਕਟਰ ਸੀ, ਉਸਨੇ ਇੱਕ ਥਾਂ ਤੇ ਲਿਖਿਆ, ਉਹ ਕਹਿੰਦੇ ਨੇ, ਮੈਂ ਆਪਣੀ ਸੱਚੀ ਰਾਏ ਜੋ ਕਿ ਮੁੱਦਤਾਂ ਦੇ ਤਜਰਬੇ ਤੇ ਵਿਚਾਰ ਤੋਂ ਬਾਅਦ ਪੈਦਾ ਹੋਈ ਹੈ, ਉਹ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਕਿ ਜੇ ਦੁਨੀਆਂ ਵਿੱਚ ਇੱਕ ਵੀ ਡਾਕਟਰ ਜਾਂ ਦਵਾਈਖਾਨਾ ਨਾ ਹੁੰਦਾ ਤਾਂ ਦੁਨੀਆਂ ਵਿੱਚ ਬਿਮਾਰੀ ਵੀ ਬਹੁਤ ਘੱਟ ਤੇ ਮੌਤ ਵੀ ਬਹੁਤ ਘੱਟ ਹੋਣੀ ਸੀ। ਯੂਰਪ ਤੇ ਅਮਰੀਕਾ ਵਿੱਚ ਡਾਕਟਰਾਂ ਨੇ ਬੜੇ ਤਜਰਬੇ ਕਰਨ ਮਗਰੋਂ ਇਹ ਵੇਖਿਆ ਕਿ ਬਿਮਾਰੀ ਜਿਸਮ ਉੱਤੇ ਜ਼ਾਹਰ ਹੋਣ ਤੋਂ ਪਹਿਲਾਂ ਮਨ ਜਾਂ ਦਿਮਾਗ ਵਿੱਚ ਜ਼ਾਹਰ ਹੁੰਦੀ ਹੈ ਤੇ ਜਿਵੇਂ ਜਿਵੇਂ ਮਰੀਜ਼ ਦਾ ਖਿਆਲ ਪੱਕਾ ਹੁੰਦਾ ਜਾਵੇ ਦਿਮਾਗ ਤੋਂ ਬਾਅਦ ਬਿਮਾਰੀ ਸਰੀਰ ਤੇ ਅਸਰ ਕਰਦੀ ਹੈ। ਜਿਵੇਂ ਕਿ ਪਸੀਨਾ ਆਉਣ ਤੋਂ ਠੰਡੀ ਹਵਾ ਵਿੱਚ ਖਲੋਣ ਨਾਲ ਕਮਜ਼ੋਰ ਬੰਦੇ ਨੂੰ ਪਹਿਲਾਂ ਪਹਿਲ ਖਿਆਲ ਆਵੇਗਾ ਕਿ ਉਹਨੂੰ ਸਰਦੀ ਲੱਗ ਗਈ। ਇਸ ਖਿਆਲ ਨੂੰ ਘੜੀ ਮੁੜੀ ਦੁਹਰਾਉਣ ਨਾਲ ਉਸਦੇ ਮਨ ਵਿੱਚ ਬੁਖਾਰ ਦੀ ਖਿਆਲੀ ਤਸਵੀਰ ਬਣੇਗੀ ਤੇ ਹੌਲੀ ਹੌਲੀ ਉਹਨੂੰ ਠੰਡ ਲੱਗਣੀ ਤੇ ਬੁਖਾਰ ਚੜ੍ਹਨਾ ਸ਼ੁਰੂ ਹੋ ਜਾਏਗਾ। ਸਭ ਬਿਮਾਰੀਆਂ ਦੀ ਉਤਪਤੀ ਇਸੇ ਤਰ੍ਹਾਂ ਹੁੰਦੀ ਹੈ, ਪਹਿਲਾਂ ਮਨ ਬਿਮਾਰ ਹੁੰਦਾ ਤੇ ਬਾਅਦ ਵਿੱਚ ਸਰੀਰ। ਡਾਕਟਰ ਅਲੈਗਜ਼ੈਂਡਰ ਕੈਨਨ MD ਲਿਖਦੇ ਨੇ ਕਿ ਕਿਸੇ ਐਸੀ ਬਿਮਾਰੀ ਦਾ ਖਿਆਲ ਕਰਕੇ ਜਿਹੜੀ ਆਦਮੀ ਨੂੰ ਬਿਲਕੁਲ ਹੀ ਨਾ ਹੋਵੇ, ਉਹ ਆਪਣੇ ਸਰੀਰ ਵਿੱਚ ਐਸੀਆਂ ਹਾਲਤਾਂ ਪੈਦਾ ਕਰ ਸਕਦਾ ਹੈ ਜਿਨ੍ਹਾਂ ਨਾਲ ਸਮਾਂ ਪਾ ਕੇ ਉਸਨੂੰ ਉਹ ਬਿਮਾਰੀ ਹੋ ਵੀ ਸਕਦੀ ਹੈ ਤੇ ਉਸ ਬਿਮਾਰੀ ਨਾਲ ਉਹ ਮਰ ਵੀ ਸਕਦਾ ਹੈ। ਜਿਸ ਤਰ੍ਹਾਂ ਮਨ ਦੇ ਬਿਮਾਰ ਹੋਇਆ ਸਰੀਰ ਬਿਮਾਰ ਹੋ ਜਾਂਦਾ ਹੈ, ਉਸੇ ਤਰ੍ਹਾਂ ਮਨ ਦੇ ਰਾਜ਼ੀ ਹੋਇਆ ਸਰੀਰ ਰਾਜ਼ੀ ਹੋ ਜਾਂਦਾ। ਆਮ ਤੌਰ ਤੇ ਡਾਕਟਰ ਦੇ ਆਉਣ ਨਾਲ ਮਰੀਜ਼ ਨੂੰ ਹੌਸਲਾ ਤੇ ਧੀਰਜ ਆ ਜਾਂਦਾ ਹੈ ਤੇ ਜਿੰਨਾ ਚਿਰ ਡਾਕਟਰ ਬੈਠਾ ਰਹੇ ਮਰੀਜ਼ ਦਾ ਦੁੱਖ ਘਟਿਆ ਰਹਿੰਦਾ, ਜਿਸ ਦਾ ਕਾਰਨ ਸਿਰਫ ਇਹ ਹੈ ਕਿ ਡਾਕਟਰ ਦੇ ਆਉਣ ਨਾਲ ਉਸਦੇ ਹੌਸਲੇ ਦੀਆਂ ਗੱਲਾਂ ਕਰਨ ਨਾਲ ਤੇ ਬਿਮਾਰੀ ਨੂੰ ਹਟਾ ਦੇਣ ਦਾ ਵਾਅਦਾ ਕਰਨ ਨਾਲ ਮਰੀਜ਼ ਦਾ ਦਿਲ ਤੇ ਦਿਮਾਗ ਤਗੜਾ ਹੋ ਜਾਂਦਾ, ਖਿਆਲ ਪੱਕੇ ਹੋ ਜਾਂਦੇ ਨੇ। ਇਸ ਵਾਸਤੇ ਬਿਮਾਰੀ ਘੱਟ ਪ੍ਰਤੀਤ ਹੁੰਦੀ ਹੈ, ਕਿਉਂਕਿ ਬਿਮਾਰੀ ਦਾ ਡਰ ਬੰਦੇ ਨੂੰ ਬਿਮਾਰ ਕਰਨ ਵਿੱਚ ਬੜੀ ਮਦਦ ਕਰਦਾ ਹੈ। ਇਸ ਲਈ ਜੇ ਆਦਮੀ ਬਿਮਾਰੀ ਤੋਂ ਡਰੇ ਨਾ ਤਾਂ ਉਸ ਨੂੰ ਬਿਮਾਰੀ ਆ ਨਹੀਂ ਸਕਦੀ।
ਪਲੇਗ ਜਾਂ ਹੈਜ਼ੇ ਦੇ ਦਿਨਾਂ ਵਿੱਚ ਵੇਖਿਆ ਗਿਆ ਕਿ ਮਜ਼ਬੂਤ ਦਿਲ ਦੇ ਇਨਸਾਨ ਬਿਮਾਰਾਂ ਦੀ ਹੱਥੀਂ ਸੇਵਾ ਕਰਕੇ, ਮੁਰਦਿਆਂ ਨਾਲ ਛੋਹ ਕੇ ਜਾਂ ਆਪਣੇ ਹੱਥੀਂ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਨਾਲ ਵੀ ਬਿਲਕੁਲ ਰਾਜ਼ੀ ਬਾਜ਼ੀ ਰਹੇ। ਇਸ ਦੇ ਉਲਟ ਕਮਜ਼ੋਰ ਖਿਆਲਾਂ ਦੇ ਬੰਦੇ ਬਿਮਾਰੀ ਨੂੰ ਆਪਣੇ ਵੱਲ ਖਿੱਚਦੇ ਰਹਿੰਦੇ ਨੇ ਤੇ ਬਹਾਨੇ ਪਾ ਪਾ ਕੇ ਬਿਮਾਰ ਹੁੰਦੇ ਨੇ। ਹਸਪਤਾਲ ਵਿੱਚ ਇੱਕ ਬੰਦੇ ਨੂੰ ਸ਼ੱਕ ਹੋ ਗਿਆ ਕਿ ਜਿਸ ਬਿਸਤਰੇ ਤੇ ਉਹ ਸੌਂਦਾ ਹੈ ਉਸ ਬਿਸਤਰੇ ਤੇ ਇੱਕ ਹੈਜ਼ੇ ਦਾ ਬਿਮਾਰ ਰਹਿ ਚੁੱਕਾ ਹੈ। ਕੁਝ ਦਿਨਾਂ ਮਗਰੋਂ ਉਸ ਨੂੰ ਹੈਜ਼ਾ ਹੋ ਗਿਆ ਤੇ ਸੱਚੀ ਮੁੱਚੀ ਉਹ ਹੈਜ਼ੇ ਨਾਲ ਮਰ ਗਿਆ। ਹਾਲਾਂਕਿ ਇਹ ਗੱਲ ਬਿਲਕੁਲ ਗਲਤ ਸੀ ਕਿ ਉਸ ਬਿਸਤਰੇ ਵਿੱਚ ਹੈਜ਼ੇ ਦਾ ਕੋਈ ਬਿਮਾਰ ਰਹਿ ਚੁੱਕਾ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਸਾਬਤ ਹੁੰਦਾ ਹੈ ਕਿ ਬਿਮਾਰੀ ਖਿਆਲ, ਵਹਿਮ ਜਾਂ ਡਰ ਤੋਂ ਪੈਦਾ ਹੁੰਦੀ ਹੈ ਤੇ ਇਸ ਦਾ ਪਹਿਲਾ ਹਮਲਾ ਦਿਮਾਗ ਜਾਂ ਮਨ ਜਾਂ ਖਿਆਲਾਂ ਤੇ ਹੁੰਦਾ ਹੈ। ਇਸ ਤੋਂ ਬਾਅਦ ਇਹ ਜਿਸਮ ਤੇ, ਸਰੀਰ ਤੇ ਅਸਰ ਕਰਦੀ ਹੈ। ਬਿਮਾਰੀ ਤੋਂ ਬਚਣ ਦਾ, ਉਸ ਦਾ ਮੁਕਾਬਲਾ ਕਰਨ ਵਾਸਤੇ ਜਿਹੜਾ ਤਰੀਕਾ ਸਾਡੇ ਬਜ਼ੁਰਗਾਂ ਨੂੰ ਪਤਾ ਸੀ, ਉਸ ਦਾ ਕਾਫੀ ਪ੍ਰਚਾਰ ਯੂਰਪ ਵਿੱਚ ਤੇ ਅਮਰੀਕਾ ਵਿੱਚ ਹੋ ਚੁੱਕਾ ਤੇ ਅੱਜ ਕੱਲ੍ਹ ਵੀ ਹੋ ਰਿਹਾ ਤੇ ਉਹ ਆਤਮਿਕ ਤਰੀਕਾ ਸੀ ਸਰਬ ਰੋਗ ਕਾ ਔਖਦ ਨਾਮ। ਇਸ ਆਤਮਿਕ ਤਰੀਕੇ ਨਾਲ ਬਿਮਾਰੀਆਂ ਤੋਂ ਬਹੁਤ ਜਲਦੀ ਤੇ ਪੱਕੇ ਤੌਰ ਤੇ ਰਾਜ਼ੀ ਹੋ ਜਾਈਦਾ ਹੈ। ਦਵਾਈਆਂ ਨਾਲ ਠੀਕ ਹੋਇਆ ਬੰਦਾ ਹਮੇਸ਼ਾ ਦਵਾਈਆਂ ਦਾ ਮੁਤਾਜ ਹੋ ਜਾਂਦਾ ਹੈ, ਪਰ ਆਤਮਿਕ ਤਰੀਕੇ ਨਾਲ ਠੀਕ ਹੋਇਆ ਇਨਸਾਨ ਸਗੋਂ ਬਿਮਾਰੀ ਤੇ ਕਾਬੂ ਪਾ ਲੈਂਦਾ ਤੇ ਫਿਰ ਉਹ ਨਿਰਪੈ ਹੋ ਜਾਂਦਾ ਹੈ। ਇਹੋ ਜਿਹਾ ਬੰਦਾ ਤੇ ਸਗੋਂ ਹੋਰ ਤਰੱਕੀ ਕਰਕੇ ਦੂਜੇ ਬਿਮਾਰਾਂ ਨੂੰ ਵੀ ਆਪਣੀ ਆਤਮਿਕ ਦ੍ਰਿੜਤਾ ਨਾਲ ਤੇ ਭਰੋਸੇ ਨਾਲ ਰਾਜ਼ੀ ਕਰ ਸਕਦਾ ਹੈ। ਸਿਮਰਨ ਅਭਿਆਸੀਆਂ ਨੂੰ ਇਹ ਗੱਲ ਸਿਮਰਨ ਕਰਦਿਆਂ ਚੰਗੀ ਤਰ੍ਹਾਂ ਪ੍ਰਤੀਤ ਹੋ ਜਾਂਦੀ ਹੈ ਕਿ ਇਹ ਸਰੀਰ ਇੱਕ ਜੜ ਵਸਤੂ ਹੈ ਜਿਸ ਵਿੱਚ ਕੋਈ ਜਾਨ ਨਹੀਂ, ਕੋਈ ਹਰਕਤ ਨਹੀਂ, ਕੋਈ ਮਹਿਸੂਸ ਕਰਨ ਵਾਲੀ ਸ਼ਕਤੀ ਨਹੀਂ। ਜਿਸ ਤਰ੍ਹਾਂ ਕੁਰਸੀ ਜਾਂ ਮੇਜ਼ ਨੂੰ ਬੁਖਾਰ ਨਹੀਂ ਚੜ੍ਹ ਸਕਦਾ, ਇਸੇ ਤਰ੍ਹਾਂ ਸਰੀਰ ਨੂੰ ਜੋ ਕਿ ਜੜ ਵਸਤੂ ਹੋਣ ਕਰਕੇ ਕੁਰਸੀ ਜਾਂ ਮੇਜ਼ ਆਦਿਕ ਮਟੀਰੀਅਲਿਸਟਿਕ ਚੀਜ਼ਾਂ ਦੇ ਵਾਂਗ ਹੈ, ਇਸ ਨੂੰ ਕਦੇ ਬੁਖਾਰ ਨਹੀਂ ਹੋ ਸਕਦਾ। ਸਿਮਰਨ ਅਭਿਆਸੀ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਕਿ ਉਸਦੀ ਆਤਮਾ ਤੇ ਨਿਰਲੇਪ ਹੈ, ਮੌਤ ਜਾਂ ਬਿਮਾਰੀ ਤੋਂ ਰਹਿਤ ਹੈ ਤੇ ਆਤਮਾ ਨੂੰ ਕਦੇ ਬੁਖਾਰ ਚੜ੍ਹ ਹੀ ਨਹੀਂ ਸਕਦਾ, ਨਾ ਹੀ ਕੋਈ ਹੋਰ ਦੁੱਖ ਜਾਂ ਬਿਮਾਰੀ ਉਸ ਦੇ ਨੇੜੇ ਆ ਸਕਦੇ ਨੇ। ਇਸ ਵਾਸਤੇ ਅਭਿਆਸੀ ਬੰਦਾ ਜਾਣਦਾ ਹੈ ਕਿ ਬੁਖਾਰ ਜੇ ਕਿਸੇ ਚੀਜ਼ ਨੂੰ ਚੜ੍ਹ ਸਕਦਾ ਤਾਂ ਸਿਰਫ ਖਿਆਲਾਂ ਨੂੰ ਜਾਂ ਮਨ ਨੂੰ ਹੀ ਚੜ੍ਹ ਸਕਦਾ ਹੈ। ਜਿਹੜੀ ਚੀਜ਼ ਕੇਵਲ ਖਿਆਲਾਂ ਤੋਂ ਪੈਦਾ ਹੋਵੇ ਉਹ ਖਿਆਲੀ ਹੀ ਹੁੰਦੀ ਹੈ, ਅਸਲੀਅਤ ਨਹੀਂ ਹੁੰਦੀ। ਇਸ ਵਾਸਤੇ ਅਭਿਆਸੀ ਬੰਦਾ ਸਾਰੀਆਂ ਬਿਮਾਰੀਆਂ ਨੂੰ ਅਸੱਤ, ਝੂਠੀਆਂ, ਧੋਖਾ, ਫਰੇਬ ਜਾਂ ਮਾਇਆ ਹੀ ਸਮਝਦਾ। ਕਿਸੇ ਵੀ ਕਿਸਮ ਦੀ ਬਿਮਾਰੀ ਉਸਦੀ ਨਜ਼ਰ ਵਿੱਚ ਕੋਈ ਮਾਇਨਾ ਨਹੀਂ ਰੱਖਦੀ। ਉਹ ਆਪਣੇ ਤੇ ਸਾਰਿਆਂ ਦੇ ਸਰੀਰਾਂ ਵਿੱਚ ਤੇ ਜ਼ਰੇ ਜ਼ਰੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਮੌਜੂਦਗੀ ਵੇਖਦਾ। ਉਹ ਜਾਣਦਾ ਕਿ ਜਿੱਥੇ ਅਕਾਲ ਪੁਰਖ ਹੋਵੇ ਉੱਥੇ ਕਿਸੇ ਮਾੜੀ ਚੀਜ਼ ਜਾਂ ਕਿਸੇ ਬਿਮਾਰੀ ਦਾ ਜਾਂ ਕਿਸੇ ਤਰ੍ਹਾਂ ਦੀ ਉਪਾਧੀ ਦਾ ਹੋਣਾ ਅਣਹੋਣੀ ਗੱਲ ਹੈ। ਇਸ ਵਾਸਤੇ ਉਹ ਬਿਮਾਰੀ ਤੋਂ ਡਰਦਾ ਹੀ ਨਹੀਂ, ਬਲਕਿ ਉਸ ਨੂੰ ਧੋਖਾ ਜਾਂ ਮਾਇਆ ਸਮਝ ਕੇ ਉਸ ਦੀ ਝੂਠੀ ਹਸਤੀ ਨੂੰ ਉਡਾ ਦਿੰਦਾ ਹੈ। ਅਭਿਆਸੀ ਪੁਰਸ਼ ਬੇਅੰਤ ਵਾਹਿਗੁਰੂ ਨਾਲ ਆਪਣੇ ਮਨ ਨੂੰ ਇੱਕ ਸੁਰ ਕਰਨਾ ਜਾਣਦਾ ਹੈ ਤੇ ਉਸ ਬੇਅੰਤ ਸ਼ਕਤੀ ਦੇ ਖਜ਼ਾਨੇ ਤੋਂ ਆਪਣੀ ਲੋੜ ਅਨੁਸਾਰ ਤਾਕਤ ਖਿੱਚਦਾ ਰਹਿੰਦਾ। ਉਹ ਆਪਣੀ ਜ਼ਿੰਦਗੀ ਵਾਸਤੇ, ਸਿਹਤ ਵਾਸਤੇ ਕਿਸੇ ਬਾਹਰ ਦੀ ਤਾਕਤ ਦਾ ਮੁਤਾਜ ਨਹੀਂ ਰਹਿੰਦਾ। ਜਿਹੜੇ ਲੋਕ ਸਿਮਰਨ ਅਭਿਆਸੀ ਨਹੀਂ ਪਰ ਵਾਹਿਗੁਰੂ ਸੰਬੰਧੀ ਧਾਰਮਿਕ ਪੁਸਤਕਾਂ ਪੜ੍ਹ ਪੜ੍ਹ ਕੇ ਕੁਝ ਗਿਆਨ ਜਾਂ ਸਮਝ ਰੱਖਦੇ ਨੇ, ਉਹ ਵੀ ਵਾਹਿਗੁਰੂ ਦੀ ਸ਼ਕਤੀ ਨਾਲ ਬਿਮਾਰੀਆਂ ਦਾ ਬੜਾ ਕਾਮਯਾਬੀ ਨਾਲ ਇਲਾਜ ਕਰਦੇ ਵੇਖੇ ਗਏ ਨੇ। ਮੈਂ ਕਈ ਨੇਕ ਪੁਰਸ਼ਾਂ ਨੂੰ
ਕਿੰਨੀਆਂ ਸਾਰੀਆਂ ਲਾ ਇਲਾਜ ਬਿਮਾਰੀਆਂ ਦਾ ਇਲਾਜ ਕਰਦਿਆਂ ਇਸ ਤਰ੍ਹਾਂ ਵੇਖਿਆ ਹੈ। ਭਾਵੇਂ ਇਸ ਸੰਬੰਧੀ ਇੱਕ ਵੱਖਰੀ ਕਿਤਾਬ ਅਸਾਂ ਸਰਬਰੋਗ ਕਾ ਔਖਦ ਨਾਮ ਲਿਖੀ ਏ, ਜਿਸ ਵਿੱਚ ਇਸ ਸਬਜੈਕਟ ਤੇ ਵਿਸਥਾਰ ਨਾਲ ਰੌਸ਼ਨੀ ਪਾਈ ਗਈ ਏ, ਤਾਂ ਵੀ ਇੱਥੇ ਇਸ਼ਾਰੇ ਮਾਤਰ ਇਹ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਆਤਮਿਕ ਬਲ ਨਾਲ ਜਾਂ ਸਿਮਰਨ ਅਭਿਆਸ ਨਾਲ ਅਸੀਂ ਜ਼ਿੰਦਗੀ ਦੀ ਹਰੇਕ ਮੁਸ਼ਕਲ ਦਾ ਬੜੀ ਸਫਲਤਾ ਨਾਲ ਮੁਕਾਬਲਾ ਕਰ ਸਕਦੇ ਹਾਂ। ਬੰਦਗੀ ਕਰਨ ਨਾਲ ਗ੍ਰਸਥੀ ਜੀਵਨ ਦੇ ਸਾਰੇ ਫਰਜ਼ ਬੜੀ ਸਫਲਤਾ ਨਾਲ ਨਿਭਾਏ ਜਾ ਸਕਦੇ ਨੇ। ਕਾਮਯਾਬੀ ਭਾਵੇਂ ਦੁਨਿਆਵੀ ਹੋਵੇ ਜਾਂ ਆਤਮਿਕ, ਦੋਵਾਂ ਵਾਸਤੇ ਸਿਮਰਨ ਅਭਿਆਸ ਬੜੀ ਲਾਭਦਾਇਕ ਜੁਗਤੀ ਹੈ। ਬਿਮਾਰੀ ਦਾ ਮੁੱਢ ਆਮ ਤੌਰ ਤੇ ਖਿਆਲਾਂ ਦੀ ਅਰੋਗਤਾ ਤੋਂ ਬੱਝਦਾ ਹੈ। ਇਸ ਦੇ ਉਲਟ ਜਿਸ ਆਦਮੀ ਦੇ ਖਿਆਲ ਗੰਦੇ ਜਾਂ ਅਗਿਆਨੀ ਹੋਣ, ਉਹ ਜ਼ਿਆਦਾ ਦੇਰ ਤੰਦਰੁਸਤ ਨਹੀਂ ਰਹਿ ਸਕਦਾ, ਜਦੋਂ ਕਿ ਪਵਿੱਤਰ ਖਿਆਲਾਂ ਵਾਲਾ ਪੁਰਸ਼ ਆਮ ਕਰਕੇ ਤੰਦਰੁਸਤ ਰਹਿੰਦਾ ਹੈ। ਬਿਮਾਰੀ ਦਾ ਇਲਾਜ ਆਤਮਿਕ ਤੌਰ ਤੇ ਇਹਨਾਂ ਤਰੀਕਿਆਂ ਅਨੁਸਾਰ ਕਰਨਾ ਚਾਹੀਦਾ ਹੈ। ਨੰਬਰ 1, ਬਿਮਾਰੀ ਦੇ ਡਰ ਨੂੰ ਬਿਲਕੁਲ ਨੇੜੇ ਨਹੀਂ ਆਉਣ ਦੇਣਾ ਚਾਹੀਦਾ, ਕਿਉਂਕਿ ਇਸ ਦੀ ਅਸਲ ਵਿੱਚ ਕੁਝ ਹਸਤੀ ਹੀ ਨਹੀਂ ਹੁੰਦੀ। ਬਿਮਾਰੀ ਦੇ ਖਿਆਲ ਦਾ ਬੜੇ ਮਜ਼ਬੂਤ ਇਰਾਦੇ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਉਸ ਦੇ ਰੋਬ ਤੇ ਉਸ ਦੇ ਦਾਅਵੇ ਨੂੰ, ਭਾਵ ਬਿਮਾਰੀਆਂ ਦੇ ਦਾਅਵੇ ਨੂੰ ਬਿਲਕੁਲ ਨਹੀਂ ਮੰਨਣਾ ਚਾਹੀਦਾ। ਇਸ ਤਰ੍ਹਾਂ ਕੀਤਿਆਂ ਬਿਮਾਰੀ ਆਮ ਤੌਰ ਤੇ ਵਧਣੋਂ ਰੁਕ ਜਾਂਦੀ ਹੈ। ਤੇ ਤੀਸਰਾ, ਜਦੋਂ ਤੱਕ ਸਿਮਰਨ ਅਭਿਆਸ ਨਾਲ ਵਿਸ਼ਵਾਸ ਪੱਕਾ ਨਾ ਹੋ ਜਾਏ, ਬਿਮਾਰੀ ਦੀ ਹਾਲਤ ਵਿੱਚ ਵੀ ਦਵਾਈ ਵੀ ਲੈ ਲੈਣੀ ਚਾਹੀਦੀ ਹੈ, ਪਰ ਨਾਲ ਨਾਲ ਵਾਹਿਗੁਰੂ ਜੀ ਕੋਲ ਅਰਦਾਸ ਵੀ ਕਰਨੀ ਚਾਹੀਦੀ ਹੈ। ਵਾਹਿਗੁਰੂ ਅੱਗੇ ਸਾਫ ਕਰਕੇ ਪ੍ਰਗਟ ਕਰਨਾ ਚਾਹੀਦਾ ਹੈ ਕਿ ਸਾਡੀ ਬਿਮਾਰੀ ਦਾ ਇਲਾਜ ਦਵਾਈ ਨਹੀਂ, ਅਸੀਂ ਤੇ ਦਵਾਈ ਸਿਰਫ ਆਪਣੇ ਭਰੋਸੇ ਦੇ ਕੱਚੇ ਹੋਣ ਕਰਕੇ ਇਸ ਦੀ ਵਰਤੋਂ ਕਰਦੇ ਹਾਂ। ਹੇ ਮੇਰੇ ਵਾਹਿਗੁਰੂ, ਅਸਲ ਵਿੱਚ ਸਾਡੀ ਬਿਮਾਰੀ ਤਾਂ ਤੇਰੀ ਸ਼ਕਤੀ ਤੇ ਮਦਦ ਨਾਲ ਰਾਜ਼ੀ ਹੋਣੀ ਹੈ। ਦਵਾਈ ਖਾਣਾ ਸਾਡਾ ਕੰਮ ਸੀ, ਪਰ ਦਵਾਈ ਵਿੱਚ ਰਾਜ਼ੀ ਕਰ ਦੇਣ ਵਾਲਾ ਗੁਣ ਪਾਉਣਾ ਇਹ ਤੁਹਾਡੇ ਹੱਥ ਵਿੱਚ ਹੈ। ਇਸ ਤਰ੍ਹਾਂ ਕਰਨ ਨਾਲ ਦਵਾਈ ਦਾ ਅਸਰ ਵੱਧ ਜਾਏਗਾ। ਨੰਬਰ 4, ਜਦੋਂ ਸਿਮਰਨ ਅਭਿਆਸ ਪੱਕਾ ਹੋ ਜਾਏ ਤੇ ਵਿਸ਼ਵਾਸ ਦ੍ਰਿੜਤਾ ਦੀ ਹੱਦ ਤੱਕ ਪਹੁੰਚ ਜਾਏ, ਤਾਂ ਪਹਿਲੀ ਗੱਲ ਬਿਮਾਰੀ ਆਵੇਗੀ ਨਹੀਂ। ਪਰ ਜੇ ਕਦੇ ਬਿਮਾਰੀ ਆਵੇ ਵੀ, ਤਾਂ ਬਗੈਰ ਕਿਸੇ ਦਵਾਈ ਦੇ ਜਾਂ ਹੋਰ ਇਨਸਾਨੀ ਇਲਾਜ ਦੇ ਸਿਮਰਨ ਅਭਿਆਸ ਦੀ ਦਸ਼ਾ ਵਿੱਚ ਜਾਣ ਨਾਲ ਤੇ ਅਰਦਾਸ ਕਰਨ ਨਾਲ ਹੀ ਰਾਜ਼ੀ ਹੋ ਜਾਏਗੀ। ਨੰਬਰ 5, ਜਦੋਂ ਆਪਣੇ ਆਪ ਤੇ ਪੂਰਾ ਕਾਬੂ ਹੋ ਜਾਏ, ਤਾਂ ਅਭਿਆਸੀ ਬੰਦੇ ਨੂੰ ਦੂਜੇ ਬਿਮਾਰਾਂ ਦੇ ਰਾਜ਼ੀ ਹੋਣ ਵਿੱਚ ਮਦਦ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਉਸਦਾ ਆਪਣਾ ਨਿਸ਼ਚਾ ਵਧੇਗਾ ਤੇ ਦੁਨੀਆ ਦੀ ਸਭ ਤੋਂ ਚੰਗੀ ਸੇਵਾ ਕਰਨ ਦਾ ਵੀ ਮੌਕਾ ਮਿਲੇਗਾ। ਮੇਰਾ ਯਕੀਨ ਹੈ ਕਿ ਪੂਰਨ ਸਿਮਰਨ ਅਭਿਆਸੀ ਦੀ ਛੋਹ ਨਾਲ ਹੀ ਬਿਮਾਰੀਆਂ ਤੇ ਰੋਗ ਹਮੇਸ਼ਾ ਲਈ ਦੂਰ ਹੋ ਜਾਂਦੇ ਨੇ। ਪੂਰਨ ਅਭਿਆਸੀ ਪਾਰਸ ਦੀ ਤਰ੍ਹਾਂ ਹੁੰਦਾ ਜਿਹਦੇ ਆਲੇ ਦੁਆਲੇ ਸੁੱਖ, ਆਨੰਦ, ਸਿਹਤ, ਸ਼ਾਂਤੀ ਆਪਣੇ ਆਪ ਹੀ ਨਿਵਾਸ ਰੱਖਦੇ ਨੇ ਤੇ ਉਸ ਦੇ ਅਸਰ ਹੇਠ ਆਏ ਸਾਰੇ ਇਨਸਾਨ ਸੁਖੀ, ਪ੍ਰਸੰਨ ਤੇ ਖੁਸ਼ ਰਹਿੰਦੇ ਨੇ। ਅਰਦਾਸ ਤੇ ਸਿਮਰਨ ਅਭਿਆਸ ਨਾਲ ਬਿਮਾਰੀਆਂ ਹਟਾ ਦੇਣਾ ਕੋਈ ਸਿੱਖੀ ਦੇ ਖਿਲਾਫ ਗੱਲ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਈ ਸ਼ਬਦ ਨੇ ਜੋ ਉਹਨਾਂ ਆਪਣੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਜੀ ਦੀ ਬਿਮਾਰੀ ਦੀ ਹਾਲਤ ਵਿੱਚ ਵਾਹਿਗੁਰੂ ਅੱਗੇ ਅਰਦਾਸ ਜਾਂ ਫਿਰ ਬਾਅਦ ਵਿੱਚ ਸ਼ੁਕਰਾਨੇ ਵਜੋਂ ਲਿਖੇ। ਸਧਾਰਨ ਜ਼ਿੰਦਗੀ ਦੇ ਸੁੱਖਾਂ ਵਾਸਤੇ ਪ੍ਰਾਰਥਨਾ ਕਰਨੀ ਸਾਡਾ ਰੋਜ਼ ਦਾ ਕੰਮ ਹੈ। ਕੋਈ ਮਾੜਾ ਜਾਂ ਬੁਰਾ ਕੰਮ ਨਹੀਂ, ਗੁਰਸਿੱਖੀ ਦੇ ਵਿਰੁੱਧ ਨਹੀਂ। ਬਿਮਾਰੀ ਸਮੇਂ ਵਾਹਿਗੁਰੂ ਦੀ ਮਦਦ ਮੰਗਣੀ ਤੇ ਉਸਦੇ ਭਰੋਸੇ ਉੱਤੇ ਕਿਸੇ ਦਵਾਈ ਦਾਰੂ ਦੀ ਓਟ ਨਾ ਲੈਣੀ ਵਾਹਿਗੁਰੂ ਦੇ ਪ੍ਰਤੀ ਪਿਆਰ ਤੇ ਉਸਦੇ ਨਿਸ਼ਚੇ ਦੀ ਨਿਸ਼ਾਨੀ ਹੈ। ਤੇ ਇਸ ਤਰ੍ਹਾਂ ਕਰਨਾ ਕਿਤੇ ਗੁਰੂ ਘਰ ਦੇ ਅਸੂਲਾਂ ਦੇ ਵਿਰੁੱਧ ਨਹੀਂ ਹੁੰਦਾ। ਮੈਂ ਜਾਂ ਮੇਰੇ ਹੋਰ ਕਈ ਮਿੱਤਰਾਂ ਨੇ
ਜਦੋਂ ਵੀ ਵਾਹਿਗੁਰੂ ਦੀ ਮਦਦ ਨਾਲ ਆਪਣੀਆਂ ਤੇ ਆਪਣੇ ਘਰ ਦੇ ਮੈਂਬਰਾਂ ਦੀਆਂ ਬਿਮਾਰੀਆਂ ਰਾਜ਼ੀ ਕੀਤੀਆਂ ਨੇ, ਸਗੋਂ ਸਾਡਾ ਵਾਹਿਗੁਰੂ ਜੀ ਉੱਤੇ ਵਿਸ਼ਵਾਸ ਹੋਰ ਵੱਧ ਜਾਂਦਾ ਹੈ ਤੇ ਵਾਹਿਗੁਰੂ ਜੀ ਨੂੰ ਮੁਸ਼ਕਲਾਂ ਵਿੱਚ ਅਜ਼ਮਾਉਣ ਨਾਲ ਤੇ ਉਸ ਉੱਤੇ ਸਗੋਂ ਨਿਸ਼ਚਾ ਹੋਰ ਵੱਧ ਜਾਂਦਾ ਹੈ ਤੇ ਬੰਦਾ ਨਿਰਭੈ ਹੋ ਜਾਂਦਾ ਹੈ। ਵਾਹਿਗੁਰੂ ਜੀ ਸਰਬਸ਼ਕਤੀਮਾਨ ਨੇ ਤੇ ਉਹਨਾਂ ਦਾ ਸਰਬਸ਼ਕਤੀਮਾਨ ਹੋਣਾ, ਸਰਵ ਵਿਆਪਕ ਹੋਣਾ, ਕਿਰਪਾ ਸਾਗਰ ਹੋਣਾ ਤਕਲੀਫਾਂ ਮੁਸੀਬਤਾਂ ਦੇ ਬਿਮਾਰੀਆਂ ਵਿੱਚ ਬੜੀ ਛੇਤੀ ਤੋਂ ਛੇਤੀ ਤੇ ਚੰਗੀ ਤਰ੍ਹਾਂ ਅਜ਼ਮਾਇਆ ਜਾ ਸਕਦਾ ਹੈ। ਇਹ ਨਾ ਸਿਰਫ ਨਿਸ਼ਚੇ ਦੀ ਖੇਡ ਹੈ, ਜਿਸ ਦਾ ਦਿਲ ਕਰੇ ਇਹ ਖੇਡ ਖੇਡ ਕੇ ਵੇਖ ਲਵੇ ਤੇ ਨਿਸ਼ਚੇ ਵਾਲਿਆਂ ਦੀ ਤੇ ਅੱਜ ਵੀ ਤੇ ਕੱਲ ਵੀ ਵਾਹਿਗੁਰੂ ਹਰ ਵੇਲੇ ਤੇ ਹਰ ਮੁਸ਼ਕਲ ਵਿੱਚ ਪੂਰਨ ਸਹਾਇਤਾ ਕਰਦਾ ਹੈ। ਸਿਰਫ ਉਸਦੀ ਸਹਾਇਤਾ ਵਿੱਚ ਯਕੀਨ ਹੋਣਾ ਚਾਹੀਦਾ, ਸੱਚੇ ਦਿਲ ਨਾਲ ਉਸ ਦੇ ਚਰਨਾਂ ਵਿੱਚ ਡਿੱਗਣ ਦੀ ਲੋੜ ਹੈ, ਸਿਰਫ ਉਸ ਦੀ ਰਹਿਮਤ ਦਾ ਦਰਵਾਜ਼ਾ ਖੜਕਾਉਣ ਦੀ ਲੋੜ ਹੈ ਤੇ ਅਵਸ਼ ਵਾਹਿਗੁਰੂ ਦੀ ਕਿਰਪਾ ਹੋ ਜਾਏਗੀ।